ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ 'ਚ ਜ਼ਿਲ੍ਹਾ ਸਤਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਉਹਨਾਂ ਦੇ ਨਾਲ ਫਾਜ਼ਿਲਕਾ ਦੇ MLA ਦਵਿੰਦਰ ਸਿੰਘ ਗੁਬਾਇਆ ਅਤੇ ਜ਼ਿਲ੍ਹਾ ਫਾਜ਼ਿਲਕਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ SSP ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਉਹਨਾਂ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ ਵੱਖ ਵਿਭਾਗਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ। ਬਹੁਤ ਹੀ ਦੂਰ ਅੰਦੇਸ਼ੀ ਅਤੇ ਕਾਮ ਮੁਖਾਂਗੇ ਸਭ ਇੱਕ ਤੰਦਰੁਸਤ ਪੰਜਾਬ ਦੀ ਜਿਹੜੀ ਡਾਇਰੈਕਸ਼ਨ ਕੀਤੀ ਗਈ ਹੈ ਉਹ ਬੜੀ ਕਾਮਯਾਬ ਪੂਰੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਹੋਇਆ। ਇਸ ਤਰ੍ਹਾਂ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ ਉੱਤੇ ਸਾਰੇ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਜਾ ਕੇ ਅੱਜ ਤੰਦਰੁਸਤ ਜਿਹੜੇ ਆਪਣਾ ਪੰਜਾਬ ਦੀ ਮਿਲਫਲ ਕਰਨ ਔਰ ਬਹੁਤ ਅੱਛਾ ਫੰਕਸ਼ਨ ਇੱਥੇ ਹੋਇਆ। ਮੈਂ ਇਸ ਲਈ ਜ਼ਿਲ੍ਹੇ ਦੇ ਸਮੁੱਚੇ ਪ੍ਰਸ਼ਾਸਨ ਨੂੰ ਵਾਕਫ ਦਿੰਦਾ, ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਆਪਣੀ ਪਾਰਟੀ ਦੇ ਸਾਰੇ ਜਿਹੜੇ ਮੰਤਰੀ ਜਨ ਸਾਹਿਬਾਨ ਨੇ ਅਤੇ ਮੰਤਰੀ ਸਾਹਿਬ ਆਏ ਨੇ, ਮਿਸਟਰ ਸਾਹਿਬ ਆਏ ਨੇ, ਇਹਨਾਂ ਨੂੰ ਬਹੁਤ ਧੰਨਵਾਦ। ਬਹੁਤ ਹੀ ਅੱਛੇ ਮਾਹੌਲ 'ਚ ਫੰਕਸ਼ਨ ਹੋਇਆ, ਬਹੁਤ ਵੱਡਾ ਸੰਦੇਸ਼ ਹੈ। ਸਰ ਜਿਵੇਂ ਅੱਜ ਜਿਹਨਾਂ ਨੇ ਪਾਰਟੀਸਪੇਟ ਕੀਤਾ ਕਿ ਇਹਨਾਂ ਦੀ ਤਾਲਮੇਲ ਕਮੇਟੀਆਂ ਵੀ ਬਣਾਈਆਂ ਗਈਆਂ ਜਿਹੜੇ ਮਹਿਕਮੇ ਨੇ? ਦੇਖੋ ਤਾਲਮੇਲ ਕਮੇਟੀਆਂ ਵਗੈਰਾ ਜਿਹੜੇ ਸਰਕਾਰ ਦੇ ਆਲਰੇਡੀ ਬਣੀਆਂ ਹੋਈਆਂ ਨੇ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।